Dante Hero. हाँ जी हाँ जी, दिखिया डॉक्टर साहब कुछ? दिखिया कुछ? कुछ दिखिया अंदर? आजा विच बाढ़ के बैठ जा, दिखिया दिखिया करी जंदा, मुंह बंद रख। है कुछ अंदर? मैली एड्डी है अंदर। अरे कोई थे। ए कदों तो होया? कदों तो बंद होया। बैठो डॉक्टर साहब, दसदा मैं। दरअसल जेड़ी मेरे दादा जी सी ना, दादा जी उन्हां दा भी बंद ही सी कन्न, ते जेड़े मेरे परदादा जी सी ਉਹਨਾਂ ਦਾ ਵੀ ਬੰਦ ਸੀ ਕੀ ਕੰਨ, ਤੇ ਜਿਹੜੇ ਮੇਰੇ ਡੈਡੀ ਜੀ ਪਿਤਾ ਸ਼੍ਰੀ ਸੀ ਹਾਂ ਉਹਨਾਂ ਦਾ ਵੀ ਬੰਦ ਹੀ ਸੀ ਕੰਨ, ਨਹੀਂ ਗਲਾ, ਉਹਨਾਂ ਦਾ ਤੇ ਗਲਾ ਬੰਦ ਸੀ ਨਾ। ਦੇਖੋ ਜਨਾਬ, ਮੇਰਾ ਵੀ ਦੇਖੋ ਹੁਣ ਕੰਨ ਖਰਾਬ ਹੈ, ਪਰ ਮੈਂ ਚੀਜ਼ ਚਾਹੁੰਦਾ। ਓਏ ਤੂੰ ਚਾਹੁੰਦਾ ਕੀ ਹੈ? ਇਹ ਚਾਹੁੰਦਾ ਕਿ ਜਿਹੜੇ ਮੇਰੇ ਬੱਚੇ ਹੁਣ ਉਹਨਾਂ ਦਾ ਕੰਨ ਬਿਲਕੁਲ ਠੀਕ ਹੋਵੇ, ਉਹਨਾਂ ਦਾ ਕੰਨ ਨਾ ਖਰਾਬ ਹੋਵੇ, ਨਾ ਬੰਦ ਹੋਵੇ ਬਿਲਕੁਲ। ਇਹ ਕੰਮ ਦੀ ਗੱਲ ਛੇਤੀ ਸਮਝ ਆ ਗਈ, ਤੈਨੂੰ ਛੇਤੀ ਸੁਣ ਗਈ ਹੈ। ਇਹ ਫਿਰ ਫਿਊਚਰ ਦੀ ਗੱਲ ਹੋਈ ਨਾ, ਫਿਊਚਰ ਪਲੈਨਿੰਗ, ਇਹ ਤਾਂ ਸਮਝ ਆਏਗੀ ਨਾ। ਵਿਆਹ ਵਿਆਹ गाने सुनाउन लगे। तेरा व्याह हो गया? इतना उच्ची क्यों बोलते हो डॉक्टर साहब? मेरा व्याह हो गया। मैनू कहिंदी जानू आ कोई चीज चक के गैस ते रख दियो, ओ मैनू कोई चीज तां सुनी नहीं, मैं चक के जनानी गैस ते रखती। जनाब मेरा कन्न खराब होया, कोई फटिया थोड़ी, जेड़ा सीन ला दिंदे आ। ना ना हांजी, सीन नहीं, मशीन मशीन मशीन। हां ए मैं सुनिया होया, मशीन मशीन मशीन, मेरी सस बड़ी यकीन लांदी पाउडर तेरी, करदी ठुमक ठुमक। एक मिनट तेनूं बोलियां पाउन किने गया? डॉक्टर साहब कह रहे कान वाली मशीन मशीन मशीन। अच्छा मशीन, ओते किन्ने पैसे चार्ज करोगे? दो लाख। 2 लाख? कुछ क्या तुसी? मैनूं पता सी पुत्रा, हुण तां तू उच्चा ही सुनेगा, मतलब दी गल आई है ते। ओए 2 लाख 2 लाख रहन दो जनाब, ਤੁਸੀਂ ਸੀਣ ਹੀ ਲਾ ਦਿਓ। ਉਹ ਕਿਉਂ? ਇੰਨਾ ਤੁਹਾਡਾ ਰੇਟ ਹੈ, ਇਹ ਸੁਣ ਕੇ ਮੇਰੇ ਕੰਨ ਹੀ ਫਟ ਗਏ। ਸ਼ੁਕਰ ਕਰ ਕਾਕਾ, ਮੈਂ 4 ਲੱਖ ਨਹੀਂ ਕਿਹਾ। ਨਹੀਂ ਤੇ ਤੇਰੇ ਕੰਨ ਦੇ ਨਾਲ ਨਾਲ ਤੇਰੇ ਕੰਨ ਦਾ ਪਰਦਾ ਵੀ ਪਾ ਜਾਣਾ ਸੀ। ਮਾਂ ਪੱਟੀ ਕਰ ਲਾਉਂ ਮੈਂ ਜੀ। ਹੈਲੋ ਹਾਂਜੀ, ਇਹ ਡਾਕਟਰ ਸਾਹਿਬ ਤੁਸੀਂ ਕੀ ਦਵਾਈਆਂ ਲਿਖੀਆਂ ਹੋਈ? ਇਹ ਦਵਾਈਆਂ ਲਿਖੀਆਂ? ਮੈਂ ਮਸ਼ੀਨ ਦਾ ਨਾਂ ਲਿਖਿਆ। ਅੱਛਾ ਜੀ, ਇਹ ਬਹੁਤ ਸਸਤੀ ਮਸ਼ੀਨ ਹੈ ਤੁਹਾਡੇ ਬਜਟ ਦੀ, ਇਹ ਚਾਈਨੀਜ਼ ਹੈ, ਜਾਂਦੇ ਲੰਦੇ ਜਾ। ਨਹੀਂ ਡਾਕਟਰ ਸਾਹਿਬ, ਚਾਈਨੀਜ਼ ਨਹੀਂ ਮਸ਼ੀਨ ਮੈਂ ਲਾਉਣੀ, ਮੈਨੂੰ ਚਾਈਨੀਜ਼ ਕਿੱਥੋਂ ਆਉਂਦੀ ਆ, ਪੰਜਾਬੀ ਮਸ਼ੀਨ ਲਾਓਗੇ? ਨਹੀਂ, ਜਿੰਨਾ ਤੇਰਾ ਬਜਟ ਹੈ ਉਹਦੇ 'ਚ ਚਾਈਨੀਜ਼ ਹੀ ਆਉਂਦੀ ਹੈ। ਹਾਂ, ਕੀ ਮਤਲਬ? ਮੈਂ ਸਮਝਿਆ ਨਹੀਂ। ਮਤਲਬ ਤੈਨੂੰ ਮੈਂ ਸਮਝਾਉਣਾ ਹੈ ਕਿ ਤੇਰਾ ਬਜਟ ਘੱਟ ਹੈ, ਨਾਲੇ ਜਿੰਨਾ ਤੇਰਾ ਕੰਨ ਖਰਾਬ ਹੈ, ਤੇਰੇ ਇਹੀ ਸੈੱਟ ਬਣੀ ਮਸ਼ੀਨ। ਸਮਝ ਆਈ? ਪਰ ਇੱਕ ਗੱਲ ਦਾ ਧਿਆਨ ਰੱਖਣਾ, ਕਿਹੜੀ ਜੀ? ਮਹਿੰਗਾ ਰੋਵੇ 1 ਵਾਰੀ ਤੇ ਸਸਤਾ ਰੋਵੇ 100 ਵਾਰੀ। ਜਿਹੜੀ ਮਸ਼ੀਨ ਆਪਾਂ ਦੇ ਰਹੇ ਸੀ ਤੁਹਾਨੂੰ, ਉਹ ਮਸ਼ੀਨ ਤੁਹਾਡੇ ਬੱਚੇ ਵੀ ਬਾਅਦ ਚ ਵਰਤਦੇ। ਪਰ ਡਾਕਟਰ ਸਾਹਿਬ, ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ। ਦੇਖੋ, ਮੇਰੇ ਤੋਂ ਬਾਅਦ ਤੇ ਬੱਚੇ ਵਰਤਣਗੇ, ਬਟ ਜੇ ਮੈਂ ਤੇ ਬੱਚੇ ਨੇ ਇਕੱਠੀਆਂ ਵਰਤਣੀ ਹੋਵੇ ਮਸ਼ੀਨ, ਤੇ ਫੇਰ ਕਿੱਦਾਂ? ਸਿੰਪਲ ਉਹ ਗੱਲ ਹੈ ਭਾਜੀ, ਜਦੋਂ ਤੁਸੀਂ ਬੋਲੋ ਤੇ ਮਸ਼ੀਨ ਉਹਨਾਂ ਦੇ ਲਾ ਦਿਓ, ਜਦੋਂ ਉਹਨਾਂ ਨੇ ਬੋਲਣਾ ਤੇ ਮਸ਼ੀਨ ਤੁਹਾਡੇ ਲਾ ਦਿਓ। ਵੈਰੀ ਸਿੰਪਲ। ਪਰ ਡਾਕਟਰ ਸਾਹਿਬ, ਜੇ ਅਸੀਂ ਦੋਵਾਂ ਨੇ ਇਕੱਠਿਆਂ ਨਹੀਂ ਬੋਲਣਾ ਹੋਵੇ ਫੇਰ? ਤੇ ਮਸ਼ੀਨ ਗੁਆਂਢੀਆਂ ਦੇ ਲਾ ਦਿਓ। ਵੈਰੀ ਸਿੰਪਲ।